ਅਜੇ ਤੁਹਾਨੂੰ ਸਵਾਲ ਪੁੱਛਿਆ ਕਿ ਕੀ ਖਾਲਿਸਤਾਨੀ ਸਮਰਥਕਾਂ ਦੀ ਧਮਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖਿਲਾਫ ਸਾਜ਼ਿਸ਼ ਹੈ ਇਸ ਦੇ ਉੱਪਰ ਤੁਸੀਂ ਆਪਣੀ رائے ਸਾਨੂੰ ਹਾਂ ਜਾਂ ਨਾ ਚ ਦੇਣੀ ਹੈ ਤੇ ਨਾਲ ਹੀ ਕਾਲ ਸਵੀਕਾਰ ਕਰ ਸਕਦੇ ਹੋ ਸਾਡਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 1-800-1-800-3535 ਸਾਡੇ ਨਾਲ ਪਹਿਲੇ ਕਾਲਰ ਜੁੜੇ ਨੇ ਅੰਮ੍ਰਿਤਪਾਲ ਸਿੰਘ ਜੀ ਕਪੂਰਥਲਾ ਤੋਂ ਅੰਮ੍ਰਿਤਪਾਲ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੇਰਾ ਪਲੀਜ਼ ਕੁਐਸਚਨ ਪੂਰਾ ਹੋ ਰਿਹਾ ਫਿਰ ਕਾਲ ਡਿਸਕਨੈਕਟ ਕਰਿਓ ਹਾਂਜੀ ਸਰ ਮੈਂ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਵਾਂ ਕਿ ਸਰ ਜਿਸ ਤਰ੍ਹਾਂ ਕਾਂਗਰਸ ਵਾਲੇ ਜਾਂ ਕੁਝ ਪਾਰਟੀਆਂ ਇਸ ਟਾਈਮ ਕੈਨੇਡਾ ਵਾਲੇ ਸਿੱਖਾਂ ਨੂੰ ਬਦਨਾਮ ਕਰ ਰਹੀਆਂ ਖਾਲਿਸਤਾਨੀ ਕਹਿ ਕੇ ਜੇ ਅੱਜ ਸਾਡੇ ਸੰਬੰਧ ਕੈਨੇਡਾ ਦੇ ਨਾਲ ਵਿਗੜਦੇ ਨੇ ਕਿਸੇ ਵੀ ਕਾਰਨ ਕਰਕੇ ਤੇ ਜਿੰਨੇ ਕੈਨੇਡਾ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਜੇ ਕੈਨੇਡਾ ਉਹਨਾਂ ਨੂੰ ਡਿਪੋਰਟ ਕਰ ਦਿੰਦਾ ਅੱਗੇ ਵਾਸਤੇ ਸਟੂਡੈਂਟ ਨੂੰ ਵੀਜ਼ਾ ਨਹੀਂ ਦਿੰਦਾ ਕੀ ਪੰਜਾਬ ਸਰਕਾਰ ਦੇ ਕੋਲ ਇੰਨਾ ਰੁਜ਼ਗਾਰ ਹੈ ਉਹਨਾਂ ਜਿਹੜੇ ਬੱਚੇ ਜਾ ਰਹੇ ਆ ਉਹਨਾਂ ਦੀ ਲਾਈਫ ਸਿਕਿਓਰ ਕਰ ਸਕਦੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਅੱਗੇ ਇੰਨੀ ਬੇਰੁਜ਼ਗਾਰੀ ਆ ਇਹਨਾਂ ਦੇ ਕੋਲ ਕੀ ਅੱਗੇ ਹੈ ਜਿਹੜੇ ਬਾਰ ਬਾਰ ਉਹਨਾਂ ਨੂੰ ਖਾਲਿਸਤਾਨੀਆਂ ਨੂੰ ਗਲਤ ਬੋਲ ਰਿਹਾ ਕਿ ਸਿੱਖ ਜਿਹੜੇ ਗਲਤ ਆ ਖਾਲਿਸਤਾਨ ਬਣਾ ਰਹੇ ਇਹਨਾਂ ਨੂੰ ਇਹ ਸਿਰਫ ਇੱਕ ਵੋਟਾਂ ਵਾਸਤੇ ਸਾਜ਼ਿਸ਼ਾਂ ਚੱਲ ਰਹੀਆਂ ਹੈ ਹੋਰ ਕੁਛ ਨਹੀਂ ਹੈ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਹੈ ਜੋ ਕਿ ਹਮੇਸ਼ਾ ਤੋਂ ਕਾਂਗਰਸ ਦਾ ਏਜੰਡਾ ਰਿਹਾ ਹੈ ਚਲੋ ਠੀਕ ਹੈ ਅਮਰਿਤ ਜੀ ਬਹੁਤ ਬਹੁਤ ਧੰਨਵਾਦ ਆਪਣੀ ਗੱਲ ਕਹਿਣ ਲਈ ਮੈਂ ਤੁਹਾਡਾ ਸਵਾਲ ਲੈ ਕੇ ਜਾਊਂਗਾ ਜ਼ਰੂਰ ਸਾਡੇ ਨਾਲ ਅਗਲੇ ਕਾਲਰ ਜਿਹੜੇ ਜੁੜੇ ਨੇ ਬਰਨਾਲਾ ਤੋਂ ਬਲਜੀਤ ਸਿੰਘ ਜੀ ਬਲਜੀਤ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬਲਜੀਤ ਜੀ ਹਾਂ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਇੱਕ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਮੈਂ ਤੇ ਹੀ ਕਹਿਣਾ ਚਾਹੁੰਦਾ ਜੇ ਸਾਰੇ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈਗੇ ਨੇ ਜਾਂ ਕਿਸੇ ਦੇ ਬਾਰੇ ਨਹੀਂ ਕਹਿੰਦੇ ਤੇ ਉਹਨਾਂ ਨੂੰ ਦੇਸ਼ ਮੰਤਰੀ ਜੋ ਸਵਰਾਜ ਹੈਗੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਜੋ ਇਹ ਦੇਸ਼ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਨੇ ਤੇ ਆਮ ਆਦਮੀ ਦੇ ਵੀ ਇਹ ਜੇ ਲੋਕ ਹੈਗੇ ਸੀਗੇ ਪਿਛਲੇ ਮਹੀਨੇ ਤੋਂ ਸਪੋਰਟ ਕੀਤੀ ਹੈਗੀ ਸੀ ਤੇ ਉਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਧੰਨਵਾਦ ਚਲੋ ਬਹੁਤ ਬਹੁਤ ਧੰਨਵਾਦ ਬਲਜੀਤ ਜੀ ਆਪਣੀ ਗੱਲ ਕਹਿਣ ਦੇ ਲਈ ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਆਪਣੀ ਚਰਚਾ ਅੱਗੇ ਵਧਾਉਂਦੇ ਹਾਂ ਰਿੰਪਲ ਬਿੱਡਾ ਜੀ ਚਲੋ ਬਾਕੀ ਗੱਲਾਂ ਠੀਕ ਹੈ ਤਰੀਕਾ ਕਿਸੇ ਦਾ ਕੋਈ ਗਲਤ ਹੋ ਸਕਦਾ ਹੈ ਜਾਂ ਕਹਿਣ ਦੀ ਗੱਲ ਕਿਸੇ ਦੀ ਗਲਤ ਹੋ ਸਕਦੀ ਹੈ ਅਸੀਂ ਮੰਨਦੇ ਹਾਂ ਪਰ ਇੱਕ ਗੱਲ ਜਿਹੜੀ ਵਾਰ ਵਾਰ ਮਹਿਮਾਨਾਂ ਨੇ ਵੀ ਚੱਕੀ ਹੈ ਇੱਕ ਦਰਸ਼ਕ ਨੇ ਵੀ ਚੱਕੀ ਹੈ ਮੈਂ ਰਿਫਾਈਨਡ ਤਰੀਕੇ ਨਾਲ ਉਸ ਨੂੰ ਜ਼ਰੂਰ ਜਿਹੜਾ ਤੁਹਾਡੇ ਕੋਲ ਲੈ ਕੇ ਆ ਰਿਹਾ ਕਿ ਕੈਨੇਡਾ ਨਾਲ ਅਸੀਂ ਰਿਸ਼ਤੇ ਫਿਰ ਠੀਕ ਕਿੱਦਾਂ ਰੱਖਾਂਗੇ ਜੇ ਅਸੀਂ ਉੱਥੋਂ ਦੇ ਰੱਖਿਆ ਮੰਤਰੀ ਨੂੰ ਇਸ ਤਰ੍ਹਾਂ ਦੀ ਗੱਲ ਕਵਾਂਗੇ ਠੀਕ ਹੈ ਇੱਕ ਪਰਸਨਲ ਇੱਕ ਦੁਸ਼ ਹੋ ਸਕਦੀ ਹੈ ਕਿਸੇ ਦੇ ਨਾਲ ਮਨਮੁਟਾਵ ਹੋ ਸਕਦਾ ਜੇ ਰੱਖਿਆ ਮੰਤਰੀ ਦੇ ਨਾਲ ਰਿਸ਼ਤੇ ਸਹੀ ਨਹੀਂ ਹੈ ਪਰ ਇੱਕ ਦੇਸ਼ ਨਾਲ ਰਿਸ਼ਤੇ ਕਿਉਂ ਖਰਾਬ ਕੀਤੇ ਜਾ ਰਹੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਇਸ ਤਰ੍ਹਾਂ ਦਾ ਇਹ ਗਲਤ ਪ੍ਰਚਾਰ ਹੈ ਕਿ ਦੇਖੋ ਕੋਈ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਨਾਲ ਰਿਸ਼ਤਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸਾਡਾ ਉਹ ਟਾਰਗੇਟ ਬੇਸ ਨਹੀਂ ਹੈ ਅਸੀਂ ਸਿਰਫ ਤੇ ਸਿਰਫ ਸਾਡੀ ਪ੍ਰਾਇੋਰਟੀ ਪੰਜਾਬ ਨੂੰ ਬਚਾਉਣਾ ਪਰ ਉਸ ਤੇ ਇੰਪੈਕਟ ਤਾਂ ਪਏਗਾ ਇਸ ਤਰ੍ਹਾਂ ਜੇ ਇਸ ਤਰ੍ਹਾਂ ਦੀ ਗੱਲ ਕਹੀ ਜਾਏਗੀ ਕਿ ਉੱਥੋਂ ਦੇ ਰੱਖਿਆ ਮੰਤਰੀ ਨੂੰ ਨਿੰਦਿਆ ਜਾਏਗਾ ਤਾਂ ਫਿਰ ਤੁਸੀਂ ਮੰਨਦੇ ਨਹੀਂ ਕਿ ਇਸ ਦੇ ਨਾਲ ਫਰਕ ਪਏਗਾ ਰਿਸ਼ਤੇ ਖਰਾਬ ਹੋਣਗੇ ਨਹੀਂ ਨਹੀਂ ਬਲਵਿੰਦਰ ਜੀ ਮੈਂ ਫਿਰ ਕਹਿ ਰਿਹਾ ਕਿ ਨਾ ਤਾਂ ਹਰਜੀਤ ਸਿੰਘ ਸਾਜਨ ਔਰ ਨਾ ਹੀ ਕੋਈ ਵਿਦੇਸ਼ ਮੰਤਰੀ ਨੂੰ ਨਿੰਦਿਆ ਗਿਆ ਨਿੰਦਿਆ ਗਿਆ ਉੱਥੇ ਉਸ ਗਰੁੱਪ ਨੂੰ ਉਹ ਜਿਹੜਾ ਗਰੁੱਪ ਹੈ ਜਿਹੜਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਬਹੁਤ ਜਿਹੜਾ ਉਹ ਐਕਟਿਵ ਰਹਿੰਦਾ ਔਰ ਉਹ ਤਾਰ ਕਿਤੇ ਪੰਜਾਬ ਨਾਲ ਨਾ ਜੁੜ ਜਾਣ ਸਿਰਫ ਤੇ ਸਿਰਫ ਇਸ ਗੱਲ ਨੂੰ ਟਾਰਗੇਟ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਜਾਬ ਦੇ ਨੌਜਵਾਨਾਂ ਦੇ ਹਿੱਤ 'ਚ ਨੇ ਜੇਕਰ ਪੰਜਾਬ ਦਾ ਨੌਜਵਾਨ ਕੈਨੇਡਾ ਦੇ ਵਿੱਚ ਗਿਆ ਹੈ ਤਾਂ ਉਸਦੇ ਉਹ ਵਿਰੋਧੀ ਥੋੜ੍ਹੀ ਨੇ ਉਹ ਪੰਜਾਬ ਦੇ ਸਿਰਫ ਤੇ ਸਿਰਫ ਕਿਸੇ ਤਰ੍ਹਾਂ ਦੀ ਕੋਈ ਇੱਥੇ ਭਾਂਬੜ ਨਾ ਵੱਲ ਜਾਵੇ ਵੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਅਸੀਂ ਹਿੰਦੂ ਸਿੱਖ ਤੋਂ ਪਹਿਲਾਂ ਅਸੀਂ ਇੱਕ ਪੰਜਾਬੀ ਹਾਂ ਔਰ ਸਾਡਾ ਜਿਹੜਾ ਆਪਸ ਦੇ ਵਿੱਚ ਪਿਆਰ ਹੈ ਬਹੁਤ ਜਿਹੜੀ ਹੈ ਇਹ ਇੰਨੀਆਂ ਜਿਹੜਾ ਵੀ ਘਟਨਾ ਚੱਕਰ ਚੱਲਿਆ ਉਸ ਦੇ ਬਾਵਜੂਦ ਅਸੀਂ ਬਹੁਤ ਆਪਦਾ ਪਿਆਰ ਬਣਾ ਕੇ ਰੱਖਿਆ ਹੋਇਆ ਸਾਨੂੰ ਜਦੋਂ ਕੋਈ ਬਾਹਰੋਂ ਇਸ ਤਰ੍ਹਾਂ ਦਾ ਇਸ਼ਾਰਾ ਜਾਂ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਗਤੀਵਿਧੀ ਹੁੰਦੀ ਹੈ ਸਾਨੂੰ ਗੰਭੀਰ ਚਿੰਤਾ ਹੋ ਜਾਂਦੀ ਹੈ ਜੋਗਾ ਸਿੰਘ ਜੀ ਤੁਹਾਡੀ ਗੱਲ ਤੇ ਮੇਰੇ ਖਿਆਲ ਇਹ ਤਾਂ ਸਹਿਮਤ ਨਹੀਂ ਲੱਗ ਰਹੇ ਹੈਗੇ ਇੱਕ ਵਾਰ ਉਹਨਾਂ ਦੀ ਮੈਂ ਗੱਲ ਸੁਣਨੀ ਚਾਹੁੰਦਾ ਜੀ ਜੋਗਾ ਜੀ ਦੇਖੋ ਬਲਵਿੰਦਰ ਜੀ ਜਿਹੜੀਆਂ ਗੱਲਾਂ ਮਿੱਡਾ ਜੀ ਨੇ ਕਹੀਆਂ ਕਿ ਇਹ ਗੱਲ ਕਹੀ ਨਹੀਂ ਹੈ ਕੈਪਟਨ ਸਾਹਿਬ ਦਾ ਜੇ ਬਿਆਨ ਦੇਖਿਆ ਜਾਵੇ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਰਜੀਤ ਸਿੰਘ ਸੱਜਣ ਜੀ ਦੇ ਖਾਲਿਸਤਾਨੀਆਂ ਨਾਲ ਸੰਬੰਧ ਹੈ ਮੈਂ ਇਸ ਕਰਕੇ ਨਹੀਂ ਮਿਲਣਾ ਚਾਹੁੰਦਾ ਸੋ ਜਿਵੇਂ ਅੱਜ ਸੋਸ਼ਲ ਮੀਡੀਆ 'ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹਨੂੰ ਵੀ ਆਪਾਂ ਕਿੰਨੀ ਕੁ ਪ੍ਰਮਾਣ ਤੱਕ ਉਹ ਦੇ ਸਕਦੇ ਹਾਂ ਵੀ ਇਹ ਵਾਕਈ ਕਿਸੇ ਖਾਲਿਸਤਾਨੀਆਂ ਨੇ ਪਾਈ ਹੋਈ ਹੈ ਸੋ ਇਸ ਕਰਕੇ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਰਾਜਨੀਤਿਕ ਉਹਨਾਂ ਤੋਂ ਉੱਪਰ ਉੱਠ ਕੇ
कि कैप्टन साहब नू बतौर मुख्यमंत्री उन्हां दा स्वागत कर देना चाहिए सी। जिवें देखो भाजपा दी सरकार है, बीजेपी दे मुख्यमंत्री विनरजीत जी, उन्हां दा भी पॉइंट हैगा चाहिदा सी उन्हां जी। विनरजीत जी जी, मैं ये गल कहनी चाहना कि कैप्टन अमरिंदर सिंह होरे जिहड़े अपने पंजाब प्रति जदों दे ये मुख्यमंत्री बने ने उन्हां दे मन च यह आ गया भी पता नहीं मैं किड्डी शैबा, इस कोई दो रे नहीं कि उन्हां दी जे किते उन्हां दी इंसल्ट हुई जां किते उन्हां दा कोई माड़ा वर्तीरा किसी दा होया, परंतु प्रोटोकॉल दे तौर ते उन्हां नूं जिहड़े सज्जन सिंह साडे सिख कौम दा गौरव सी उन्हां दा सन्मान करना बनदा सी। परंतु ये उही कैप्टन अमरिंदर सिंह ने अज जे उह कहिंदे ने इन्हां नूं निंददे ने कि उत्थे जी इस तरह के लोग ने इस तरह के लोग ने, ये उही कैप्टन अमरिंदर सिंह ने जिन्हां ने 1991 दे विच श्री अमृतसर का ऐलाननामा जिहड़ा होया सी उहदे ते दस्तखत किए हुए ने, ये उही लोग ने जिन्हां ने यह हमेशा उस गल की प्रोढ़ता की, परंतु अज राजनीतिक फायदा लैण वास्ते कदे इहो जिहे बयान दिंदे ने कि फलाना खालिस्तानी है, फलाना इस तरह का करता है, फलाना पंजाब का माहौल खराब करना चाहता है। ये मैं गल कहनी चाहना कि पोलीटिकल एक इशू बनाया गया, बाकी जिहड़े लोग हो सकते सज्जन सिंह जी दे किते समर्थक होण जां सज्जन सिंह नूं पसंद करते होण जिन्हां ने वीडियो पाई है, ये उन्होंने इन्नी इहनूं गंभीरता नाल लैण दी लोड़ नहीं है। जे सज्जन सिंह जी का कोई उन्होंने बारे बयान आता है फिर इस गल नूं गंभीरता नाल लैण दी लोड़ है। परंतु दूजे पासे जे कांग्रेस नूं या कांग्रेस पार्टी नूं, तो मैं इत्थे आम आदमी पार्टी के भी साडे डॉक्टर बलबीर सिंह होरी बैठे ने, मैं उन्होंने भी कहना चाहूँगा कि तुसी भी पिछले समय से तुसी देखिया इलेक्शन तो पहला बड़ा मुद्दा उठाया सी कि इन्हां ने गर्म दलिया नाल मीटिंग की है जां गर्म दलिया के घर केजरीवाल साहब भी रहे ने। सो इह जे जिहड़े इह माहौल जदों असीं भड़काउने आ तां उन्हां चों इह चीज़ां छोटियां मोटियां जिहड़ियां गल्लां ने इह निकल के बहुत आउणगियां, परंतु बाद जे इहनूं ना संभालिया गया तां इह गल्लां बहुत वड्डे लैवल ते जाणगियां जिहदा खमियाजा पंजाब नूं भुगतना पै सकदा है। सो आपां नूं जरूरत अज इकट्ठे हो के इस गल करन दी, कैप्टन अमरिंदर सिंह होरां नूं भी ते सारयां नूं कि इह गल दी घोख पड़ताल करिए। जे कोई इहदे सीरीयस इशू है तां पंजाब पुलिस नूं जां होर जिहड़ियां एजेंसीज ने साडियां गवर्नमेंट ऑफ इंडिया दियां ਉਹਨਾਂ ਤੇ ਇਹਨਾਂ ਨੂੰ ਵਰਕਆਊਟ ਕਰਨਾ ਚਾਹੀਦਾ। ਤੇ ਕਾਂਗਰਸ, ਮੈਂ ਫਿਰ ਕਹਿਣਾ ਕਿ ਆਪਣੇ ਹਿਊਮਨ ਨੂੰ ਛੱਡ ਕੇ, ਹੰਕਾਰ ਨੂੰ ਛੱਡ ਕੇ ਇਸ ਗੱਲ ਤੇ ਧਿਆਨ ਦੇਵੇ ਕਿ ਅਸੀਂ ਪੰਜਾਬ ਦੇ ਲਈ ਕੰਮ ਕਰਨਾ, ਪੰਜਾਬੀਆਂ ਲਈ ਕੰਮ ਕਰਨਾ। ਚਲੋ ਠੀਕ ਹੈ, ਇੱਕ ਜਿਹੜੀ ਆਮ ਆਦਮੀ ਪਾਰਟੀ ਦੇ ਉੱਤੋਂ ਪਹਿਲਾਂ ਵੀ ਮੈਂ ਇਹ ਪੁਆਇੰਟ ਆਪ ਨਹੀਂ ਛੇੜਨਾ ਚਾਹੁੰਦਾ, ਪਰ ਵਿੱਚ ਆਇਆ ਤਾਂ ਮੈਂ ਜ਼ਰੂਰ ਗੱਲ ਕਰੂੰਗਾ। ਡਾਕਟਰ ਬਲਬੀਰ ਸਿੰਘ ਜੀ, ਤੁਹਾਡੀ ਪਾਰਟੀ ਉੱਪਰ ਵੀ ਵਾਰ-ਵਾਰ ਇਹ ਜਿਹੜਾ ਇਲਜ਼ਾਮ ਜ਼ਰੂਰ ਲੱਗਿਆ ਸੀ ਕਿ ਤੁਸੀਂ ਵੀ ਬਹੁਤ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਹੈ ਗਰਮ ਖਿਆਲੀਆਂ ਦੀ ਇਲੈਕਸ਼ਨ ਤੋਂ ਪਹਿਲਾਂ, ਭਾਵੇਂ ਫਾਇਦਾ ਨਹੀਂ ਹੋਇਆ ਉਸ ਚੀਜ਼ ਦਾ, ਤਾਂ ਇਲੈਕਸ਼ਨ ਮਤਲਬ ਭਾਵੇਂ ਚੋਣਾਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਪਾਰਟੀਆਂ ਜਿਹੜਾ ਇਸਤੇਮਾਲ ਜ਼ਰੂਰ ਕਰਦੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਭਾਵੇਂ ਫਾਇਦਾ ਹੋਵੇ ਭਾਵੇਂ ਨਾ ਹੋਵੇ ਉਹ ਬਾਅਦ ਦੀ ਗੱਲ ਹੈ। ਬਲਵਿੰਦਰ ਜੀ, ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਊਂਗਾ। ਜਦੋਂ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਲੈਕਸ਼ਨ ਆ ਰਿਹਾ, ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੇ ਪ੍ਰਧਾਨ ਬਣੇ ਸੀ, ਉਦੋਂ ਕੈਪਟਨ ਜੀ ਨੇ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਅੱਤਵਾਦੀਆਂ ਨਾਲ ਸੰਬੰਧ ਹੈ, ਇਹਦੇ ਡਰੱਗ ਸਮਗਲਰਸ ਨਾਲ ਸੰਬੰਧ ਹੈ। ਉਹ ਉਦੋਂ ਗਲਤ ਸੀ, ਉਹ ਅੱਜ ਵੀ ਕਾਂਗਰਸ ਦੇ ਵਿੱਚ ਆ, ਹੁਣ ਇਕੱਠੇ ਵੀ ਹੈਗੇ ਆ। ਇਸ ਤਰ੍ਹਾਂ ਦਾ ਉਹਨਾਂ ਨੇ ਬਿਆਨ ਹੋਣ ਦਿੱਤਾ, ਕੋਈ ਇੱਕ ਬੰਦਾ ਜਿਹੜਾ ਕੋਈ 1-2%, ਤੁਸੀਂ ਕੈਪਟਨ ਅਮਰਿੰਦਰ ਸਿੰਘ ਜਦੋਂ ਕੈਨੇਡਾ ਗਏ ਆ, ਜਦੋਂ ਇਹ ਸਟੇਜ 'ਤੇ ਸੀਗੇ ਤਾਂ ਪਿੱਛੇ ਖਾਲਿਸਤਾਨ ਜ਼ਿੰਦਾਬਾਦ ਦਾ ਬੈਨਰ ਲੱਗਿਆ ਹੋਇਆ ਸੀ, ਇਹ ਗੱਲ ਪਹਿਲਾਂ ਵੀ ਹੋ ਚੁੱਕੀ ਆ। ਕਿਤੇ ਹੋ ਸਕਦਾ ਕਿ ਸਾਡਾ ਵੀ ਕੋਈ ਬੰਦਾ, ਜਿਹਨੂੰ ਸਾਡੇ ਬੰਦੇ ਜਿਹੜੇ ਹੈਗੇ ਆ ਉਹ ਕੋਈ ਪੰਜਾਬ ਦੇ ਜੰਪਲ ਨਹੀਂ ਹੈ, ਸਾਡੀ ਪਾਰਟੀ 4 ਸਾਲ ਪੁਰਾਣੀ ਹੈ, ਇਹ ਜਿਹੜੀ ਸਮੱਸਿਆ ਹੈਗੀ ਆ 25 ਸਾਲ ਪੁਰਾਣੀ ਹੈ। ਹੋ ਸਕਦਾ ਕਿ ਕਿਸੇ ਬੰਦੇ ਨੂੰ ਕੋਈ ਆ ਕੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਤੁਸੀਂ ਕਿਸੇ ਨੂੰ ਨਾ ਨਹੀਂ ਕਰਦੇ ਹੋ ਮਿਲਣ, ਤਾਂ ਹੋ ਸਕਦਾ ਉਹਨਾਂ ਨੂੰ ਕੋਈ ਬੰਦਾ ਮਿਲ ਗਿਆ ਹੋਵੇ। ਡਾਕਟਰ ਸਾਹਿਬ ਕੇਜਰੀਵਾਲ ਸਾਹਿਬ ਨਹੀਂ, ਇੱਕ ਮਿੰਟ ਰਾਤ ਰਹਿ ਕੇ ਆਏ ਨੇ, ਬੋਲੋ ਪਹਿਲਾਂ, ਰਾਤ ਰਹਿ ਕੇ ਆਏ ਨੇ ਉਹਦੇ ਘਰੇ। ਕੇਜਰੀਵਾਲ ਇੱਕ ਮੁੱਖ ਮੰਤਰੀ ਨੇ ਦਿੱਲੀ ਦੇ, ਕੋਈ ਠੀਕ ਹੈ ਉਹਨਾਂ ਨੂੰ ਬੋਲਣ ਦਿਓ, ਡਾਕਟਰ ਬਲਬੀਰ ਸਿੰਘ ਨੂੰ ਬੋਲਣ ਦਿਓ। ਮੁੱਖ ਮੰਤਰੀ ਜਾਂਦਾ ਉਹ ਤੋਂ ਪਹਿਲਾਂ ਉਹਦਾ ਬਕਾਇਦਾ ਸਰਵੇ ਹੁੰਦਾ, ਕਿੱਥੇ ਜਾ ਰਿਹਾ ਜੀ? ਦੇਖੋ ਜਿਹੜੀ ਇਹ ਗੱਲ ਕਰਦੇ ਆ, ਸ਼ਾਇਦ ਇਹ ਮੋਗੇ ਵਾਲੀ ਗੱਲ ਕਰਦੇ ਆ, ਉਹ ਜਿਹੜੇ ਸਾਡੇ ਉੱਥੇ ਲੋਕਲ ਬੰਦੇ ਸੀਗੇ, ਮੁੱਖ ਮੰਤਰੀ ਆਪ ਜਾ ਕੇ ਇਨਕੁਆਇਰੀ ਨਹੀਂ ਕਰਦਾ। ਜਿਸ ਤਰ੍ਹਾਂ ਮੈਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਸਟੇਜ 'ਤੇ ਗਏ, ਉਹਦੇ ਪਿੱਛੇ ਬੈਨਰ ਲੱਗਿਆ ਹੋਇਆ ਸੀਗਾ। ਅਕਾਲੀ ਦਲ ਦੀਆਂ ਬੀਜੇਪੀ ਦੀਆਂ ਤਾਂ ਮੈਂ ਸੈਂਕੜੇ ਹਜ਼ਾਰਾਂ ਐਗਜ਼ਾਮਪਲ ਦੇ ਸਕਦਾ, ਅਡਵਾਨੀ ਜੀ ਨੇ ਕਿਤਾਬ ਲਿਖੀ ਹੋਈ ਹੈ, ਮਤਲਬ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੋਇਆ। ਆਪਾਂ ਉਸ ਆਪਾਂ ਸਾਈਡ ਟਰੈਕ ਨਾ ਹੋਈਏ, ਜਿਹੜਾ ਨੌਜਵਾਨ ਤੁਹਾਡੇ ਚੈਨਲ ਦੇ ਉੱਤੇ ਆਇਆ ਸੀ, ਜਿਹਨੇ ਉਹਨੇ ਬਹੁਤ ਅੱਛਾ ਜਿਹੜਾ ਪੁਆਇੰਟ ਮੈਂ ਰੇਜ਼ ਕੀਤਾ ਸੀਗਾ ਕਿ ਜਿਹੜਾ ਸਾਡੇ ਬੱਚਿਆਂ ਵਾਸਤੇ ਇੱਕੋ ਐਵੀਨਿਊ ਹੈ, ਗੱਲ ਐਲੀਅਨੇਸ਼ਨ ਦੀ ਆ। ਤੁਸੀਂ ਮੈਨੂੰ ਸਵਾਲ ਪੁੱਛਿਆ ਸੀ, ਦੇਖੋ ਜੇ ਪੰਜਾਬ ਦੇ ਵਿੱਚ ਕਿਸਾਨ ਸੂਸਾਈਡ ਕਰ ਰਿਹਾ, ਕਿਤੇ ਨਾ ਕਿਤੇ ਉਹਦਾ ਸਟੇਟ ਦੇ ਵਿੱਚ ਉਹਦਾ ਜਿਹੜਾ ਵਿਸ਼ਵਾਸ ਹੈ ਉਹ ਖਤਮ ਹੋ ਰਿਹਾ, ਕਿਸਾਨ ਐਲੀਅਨੇਟ ਹੋ ਰਿਹਾ। ਜੇ 5,500 ਟੀਚਰ ਜਿਹੜੇ ਤੁਹਾਡੇ ਹੈਗੇ ਆ ਉਹ ਕੈਪਟਨ ਦੇ ਰੈਜੀਡੈਂਸ ਵੱਲ ਨੂੰ ਜਾਂਦੇ ਆ, ਉਹਨਾਂ ਨੂੰ ਰੋਕ ਦਿੱਤਾ ਜਾਂਦਾ, ਉਹਨਾਂ 'ਤੇ ਡੰਡੇ ਚਲਾਏ ਜਾਂਦੇ ਆ, ਉਹਨਾਂ ਦੀ ਐਲੀਅਨੇਸ਼ਨ ਹੋ ਰਹੀ ਆ, ਜਦੋਂ ਯੂਥ ਦੀ ਐਲੀਅਨੇਸ਼ਨ ਹੁੰਦੀ ਹੈ, ਜੇ ਪੰਜਾਬ ਦੇ ਵਿੱਚ ਕਿਡਨੈਪਿੰਗ ਹੁੰਦੀ ਹੈ, ਜੇ ਪੰਜਾਬ ਦੇ ਵਿੱਚ ਡਕੈਤੀ ਹੁੰਦੀ ਹੈ, ਜੇ ਪੰਜਾਬ ਦੇ ਵਿੱਚ ਥਾਣਾ ਇੰਚਾਰਜ ਲਾ ਕੇ ਜਿਹੜੇ ਕਾਂਗਰਸ ਦੇ ਬੰਦੇ ਆ ਗੁੰਡਾਗਰਦੀ ਕਰਦੇ ਆ, ਉਹਦੇ ਨਾਲ ਸਮਾਜ ਦੀ ਐਲੀਅਨੇਸ਼ਨ ਹੁੰਦੀ ਹੈ, ਫਿਰ ਇਹੋ ਜਿਹੇ ਬੰਦੇ ਜਿਹੜੇ ਬੰਦਿਆਂ ਦੀ ਤੁਸੀਂ ਵੀਡੀਓ ਕਰਦੇ ਆ, ਮੈਂ ਕਹਿੰਦਾ 10,000 ਚੋਂ 1 ਹੋਏਗਾ ਅੱਜ,
लेकिन जे समाज की एलीनेशन होंगी होगी तो उन्होंने फॉर्डर मिलता है। सो कैप्टन रविंदर सिंह कहें मैनू नहीं पता कि जोड़ा स्कूलों का रिजल्ट इन्ना माड़ा क्यों है, वो वाल ध्यान देना चाहिए, टीचर्स पर ध्यान देना चाहिए, किसान पर ध्यान देना चाहिए, नौजवानों ने वादे किए वे ध्यान देना चाहिए, इन चीज़ों साइड ट्रैक नहीं होना चाहिए। उन्होंने सिक्योरिटी मैं नहीं समझता कि जिन्ने मर्जी जड़े मर्जी खालिस्तानी जड़े मर्जी हूँ उन्होंने कोई उन्होंने हवा वाल भी देख सकता, उन्होंने अपने आप से विश्वास होना चाहिए, अपनी सरकार से विश्वास होना चाहिए, जिहड़ियां लोकां दी समस्या जिन्हों का मैं जिक्र किया जी सहमत हो इन्हां गल्लां नाल किते ना किते लोकां नूं इह यकीन दिवाउण दी लोड़ है स्टेट दे विच स्टेट दे प्रबंधां दे विच। बिल्कुल लोगों को विश्वास होना चाहिए कि साडा मुख्यमंत्री इनू खुद डर नहीं लगता, ठीक है ठीक है, गैंगियां बंद कर सकता, एक गैंगवार खत्म कर सकता। अज पहली बार विनीत जोशी जी ने कहा कि जिहड़ी नशियां दी गल करन, मैं इन्हां दा धन्नवादी हां कि अज उन्होंने पहली बार सच बोलिया, नशियां दी गल होनी चाहिए, नशियां दे खात्मे दी गल होनी चाहिए। मैं बड़ा हैरान हाँ कि बलबीर सिंह जी दस रहे ने जिवें इन्हां नूं कैप्टन अमरिंदर सिंह ने कोई तोखला प्रगट कर दिता है कि वह डर गए ने, कोई इस तरह की उन्होंने जी सिक्योरिटी संबंधित कोई बयान आया है, वह बिल्कुल दृढ़ इरादे के नाल आपदे जिहड़े पंजाब दे लई वह कमिटड ने और वह लगातार जिहड़े किसानी नाल संबंधित गल्लां होण चाहे नौजवानों नाल संबंधित गल्लां होण चाहे नशे नाल वह पूरे दे पूरे सिस्टम नूं वह उभारन दा और उसनूं साडे पंजाब नूं एक बेहतर सूबा बनाउण दा यतन कर रहे ने, उन्हां नूं इह जिहियां गिद्दड़ पपकियां दा कोई असर भी नहीं। पर नाल दी नाल असीं जिहड़ी इस चर्चा कर रहे हाँ जिहड़ा तुसीं सानूं इह सबजैक्ट दित्ता है उस सबजैक्ट दे विच असीं इही गल दसना चाहुंदे हाँ लोकां नूं पंजाब दे आवाम नूं कि इत्थे असीं बहुत हिंदू सिख भरा सारे रल मिल के बहुत जिहड़ा है इकट्ठे प्यार और सत्कार नाल रह रहे हाँ, सानूं इस तरह की कोई भी जिहड़ी अतवाद नाल संबंधित गल होवे जिहड़ी खड़कूवाद नाल संबंधित गल होवे जिहड़ी हिंसा दे राह वल जांदी होवे जिहड़ी इत्थे इन्नी देर पंजाब ने किन्नियां मावां दे पुत गए किन्ने चुल्हे जले बलने बंद होए साडा पंजाब सूबा किन्ना पछड़ के पिछे चला गया और नाल दी नाल 35,000 लोकां दा खून जिहड़ा साडे पंजाब दी इस धरती ते वगिया, सानू ओह गल्लां दा पै आउंदा है और उस पै दे विच्चों निकलदी है इह गल कि सानू जदों भी कोई इस तरह की गल आवे चौकस हो जाना चाहिए, सुचेत हो जाना चाहिए सारे पंजाबियों नू, साडे जज्बातां नाल कोई बाहरों खिलवाड़ ना करे, सानू इस करके इस दे उत्ते गल करनी बन रही है कि वेखो जिहड़े भी लोग इस तरह का वीडियो पोस्ट करते ने वह वाकया ही सिक्खी दे विरोधी ने पंजाब दे विरोधी ने वह साडे भाईचारे दे साडी एकता दे विरोधी ने, असी इसलिए बेनती करते हाँ कि वह कनेडा दे विच पंजाब दे भले लई कोई काम करन स्वागत करना बनता है, पर जेकर वह इत्थे अतवाद और खड़कूवाद नूं हवा देन और किसी तरह का लांबू लाने का यतन करन तो फिर उन्हां दी कोर खेदी करनी बनती है। चलो एक भी गल है अवनीत जोशी जी जी गल आती जो कैनेडा जो क्रिमिनल गैंग पंजाब दे विच ओपरे एक मिनट जी अवनीत जोशी जी जी गल आती जो बाहरले देशों नाल रिश्तियां दी गल आती है आपां नूं बार बार कैनेडा ते लैके जा रहे हैं जी जी बलबीर जी क्या की कहना चाहते हो। हाँ जी बलविंदर जी विनीत जी जो असं यह कहना चाहना भी जोड़े पंजाब दे विच क्रिमिनल गैंग्स ऑपरेट कर सकते हैं यह किड्डी कि वड्डी गल है कि उन्होंने शरारत कर ली अपने वालों ध्यान हटाने लई सरकार दा उन्होंने कोई इहो जिहा कर चलो असी भी इसकी तस्दीक नहीं करते कि वीडियो सचमुच है या नहीं उस तरह की पर गल जो कैनेडा के रक्षा मंत्री नाल जोड़ के की जाती इस करके करनी बनती है। विनीत जोशी जो गल आती कैनेडा गल आती है तो हरेक पंजाबी का असं देखते हाँ आम तौर पर एक सुपना भी होंगे कि मैं कैनेडा जाना जिहड़ा भी बाहर जाने की गल करता तो सो प्रायोरिटी कैनेडा होंगी है पर कैनेडा दे नाल जो इस तरह की गल्लां आउंदियां ने जिहड़ियां किते ना किते खालिस्तान की गल आउंदी जां होर तां उह साडी फिकर वधाउंदियां तो किस तरह के नाल अगे वधन की लोड़ है भावें पंजाब सरकार की गल ही असीं कर लईए। बलविंदर जी सब तो पहले तो मैं चाहूँगा पंजाब सरकार है चाहे इस पैनल ते बैठे असीं लोग हाँ चाहे तुहाडा चैनल है सानू एहो जे वीडियोज़ एहो जी चीज़ां नू इग्नोर कर देना चाहिए है। कारण की है कि एक बंदा ये पैनलिस्ट किसी ने ठीक किया कि वह पता नहीं कौन है कितने बैठा है एक वीडियो पोस्ट करता और अज असी उहदे पर चर्चा शुरू करती है वह बंदा गुरसिख भी नहीं है जिहड़ा गल करदा पिया है वह सिर ते पगड़ी भी नहीं है जी
ਉਹ ਪੰਜ ਕੱਕਿਆਂ ਤੋਂ ਵੀ ਬਹੁਤ ਦੂਰ ਹੈ। ਸਭ ਤੋਂ ਵੱਡੀ ਗੱਲ ਹੈ, ਮੈਂ ਜੋ ਸ਼ੁਰੂ 'ਚ ਗੱਲ ਕੀ, ਹੁਣ ਪੈਨਲ ਦੇ ਬਾਕੀ ਲੋਕ ਵੀ ਕਹਿ ਰਹੇ ਨੇ, ਉਹਦੇ ਜੋ ਕੁਛ ਕਹਿੰਦਾ ਹੈ ਉਹ ਸਿੱਖੀ ਦੇ ਬੇਸਿਕ ਸਿਧਾਂਤਾਂ ਤੋਂ ਬਹੁਤ ਦੂਰ ਹੋ ਕੇ ਉਹ ਗੱਲ ਕਹਿੰਦਾ। ਸਾਨੂੰ ਇਹਨਾਂ ਗੱਲਾਂ 'ਤੇ ਤਵੱਜੋ ਨਹੀਂ ਦੇਣੀ ਚਾਹੀਦੀ। ਬਲਵਿੰਦਰ ਜੀ, ਮੇਰੀ ਬੇਨਤੀ ਹੈ ਇਹੋ ਜਿਹੀ ਗੱਲਾਂ ਨੂੰ ਔਨ ਰਿਕਾਰਡ ਨਾ ਲਿਆਓ, ਕਾਰਨ ਕਿ ਅਸੀਂ ਇਹਨਾਂ ਉਸ ਬੰਦੇ ਨੂੰ ਹੀਰੋ ਬਣਾਉਂਦੇ ਪਏ ਹਾਂ ਜਿਹਨੇ ਇਹ ਗੱਲ ਕਹਿਤੀ ਹੈ। ਉਹ ਗੱਲ ਕੀ ਕਹਿਤੀ, ਦੇਖੋ ਉਹਦੇ ਸਿਰ 'ਤੇ ਪਗੜੀ ਹੈ ਕਿਆ, ਉਹ ਪੰਜ ਕੱਕਿਆਂ ਵਾਲਾ ਹੈ ਕਿਆ, ਉਹ ਗੁਰੂ ਮਹਾਰਾਜ ਵਿਸ਼ਵਾਸ ਰੱਖਦਾ, ਲੱਗਦਾ ਹੀ ਨਹੀਂ ਕਿਤੇ ਜੀ। ਉਹਨੇ ਤਾਂ ਇਹੋ ਜਿਹੀ ਗੱਲ ਕਹਿ ਕੇ, ਇਹ ਕਹਿ ਕੇ ਮੈਂ ਕੈਨੇਡਾ ਤੋਂ ਪੋਸਟ ਕਰ ਰਿਹਾ, ਇਹ ਕਹਿ ਕੇ ਵੀ ਮੈਂ ਕੈਨੇਡਾ ਵਾਲਾ, ਇਹ ਦਿਖਾ ਕੇ ਉਹਨੇ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਇੱਕ ਗਲਤ ਮੈਸੇਜ ਦਿੱਤਾ ਹੈ। ਔਰ ਪੰਜਾਬ ਦੇ ਮਾਂ ਪਿਓ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ, ਜਿਹੜਾ ਅਮਨ ਸ਼ਾਂਤੀ ਪੱਖ ਵਾਲੇ ਨੇ, ਉਹਨਾਂ ਦੇ ਅੰਦਰ ਵੀ ਡਰ ਪੈ ਰਿਹਾ। ਦੂਜਾ, ਕੈਨੇਡਾ ਸਰਕਾਰ ਵੀ ਜਿਹੜੀ ਹੈ ਇਹੋ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ, ਕਿਤੇ ਨਾ ਕਿਤੇ ਪੰਜਾਬੀਆਂ ਨੂੰ ਉੱਥੇ ਵੀ ਉਹਨੇ ਬਦਨਾਮ ਕੀਤਾ, ਦਾਗ ਲਾਇਆ। ਇਹਨਾਂ ਲੋਕਾਂ ਨੂੰ ਇਸ ਤੋਂ ਬਾਹਰ ਜਾਣਾ ਚਾਹੀਦਾ। ਮੇਰੀ ਬੇਨਤੀ ਹੈ ਕਿ ਦੇਖੋ, ਇਹ ਪੰਜਾਬ, ਇਹ ਪੰਜਾਬ 'ਚ ਹਿੰਦੂ ਸਿੱਖ ਭਾਈਚਾਰਾ ਬਹੁਤ ਸਟਰੋਂਗ ਹੈ, ਇਹਨੂੰ ਕੋਈ ਖਰਾਬ ਨਹੀਂ ਕਰ ਸਕਦਾ। ਇਹ ਜਿਹੜਾ ਉਗਰਵਾਦ ਦਾ ਪੀਰੀਅਡ ਆਇਆ ਉਹ ਵੀ ਨਾ ਖਰਾਬ ਕਰ ਪਾਇਆ। ਇਸ ਕਰਕੇ ਇਹਨਾਂ ਲੋਕਾਂ ਦੇ ਬੋਲਣ 'ਤੇ ਕੁਛ ਨਹੀਂ ਹੋਣ ਵਾਲਾ। ਇਹ ਜਿਹੜੇ ਹੈਗੇ ਨੇ ਇਹ ਲੋਮੜੀਆਂ ਨੇ, ਇਹਨਾਂ ਕੀ ਦਮ ਹੈ? ਦਮ ਹੁੰਦਾ ਤਾਂ ਕੈਪਟਨ ਅਮਰਿੰਦਰ ਦੇ ਸਾਹਮਣੇ ਆ ਕੇ ਬੋਲਦਾ, ਉਹ ਪੈ ਕੇ ਕਿਤੇ ਜਿਵੇਂ ਹੁੰਦਾ ਨਾ ਡਰਪੋਕ ਆਦਮੀ ਵੀਡੀਓ 'ਤੇ ਅੱਗੇ ਖੜ੍ਹੇ ਹੋ ਕੇ ਸਿਰ 'ਤੇ ਪਟਕਾ ਜਿਹਾ ਬਣ ਕੇ ਇਹਨਾਂ ਪਾ ਤਾ, ਉਹ ਕੀ ਹਿੰਮਤ ਹੈ 'ਚ? ਇਹੋ ਜਿਹੇ ਬੰਦੇ ਨੂੰ ਡਿਸਕਸ ਹੀ ਕਿਉਂ ਕਰਦੇ ਹਾਂ? ਇਹੋ ਜਿਹੇ ਬੰਦੇ ਜਿਹੜੇ ਕਿ ਇਹੋ ਜਿਹੀ ਗੱਲਾਂ ਕਰਕੇ ਮਾਹੌਲ ਖਰਾਬ ਕਰਦੇ, ਉਹਨਾਂ ਨੂੰ ਟੀਵੀ 'ਤੇ ਸਾਨੂੰ ਡਿਸਕਸ ਕਰਕੇ ਵੀ ਇੰਪੋਰਟੈਂਸ ਦੇਣ ਦੀ ਜ਼ਰੂਰਤ ਹੀ ਨਹੀਂ ਹੈ। ਦੇਖੋ ਬਲਵਿੰਦਰ ਜੀ, ਇਸ ਵੀਡੀਓ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ, ਠੀਕ ਹੈ, ਅਖਬਾਰ 'ਚ ਖਬਰ ਛਪੀ ਹੈ, ਠੀਕ ਹੈ, ਚਰਚਾ ਹੋ ਰਹੀ ਹੈ, ਪਰ ਤੁਹਾਡੇ ਚੈਨਲ ਦੀ ਰੀਚ ਬਹੁਤ ਜ਼ਿਆਦਾ ਹੈ। ਹੁਣ ਤੁਹਾਡੇ ਚੈਨਲ 'ਤੇ ਆਉਣ ਦੇ ਨਾਲ ਲੋਕਾਂ ਨੇ ਫਿਰ ਦੁਬਾਰਾ ਉਹ ਵੀਡੀਓ ਦੇਖਣਾ ਸ਼ੁਰੂ ਕਰ ਦੇਣਾ। ਕਾਹਨੂੰ ਪਾਪੂਲਰ ਕਰੀ ਜਾਂਦੇ ਇਹੋ ਜਿਹੇ ਬੰਦਿਆਂ ਨੂੰ? ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਪੰਜਾਬ ਦੇ ਅੰਦਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਕਈ ਆਉਣ ਵਾਲੀ ਸਰਕਾਰਾਂ ਨੂੰ ਵੀ ਉਹਦੇ ਉੱਪਰ ਨਾ ਬਹੁਤ ਪ੍ਰਯਤਨ ਕਰਨਾ ਪੈਣਾ। ਚਾਹੇ ਉਹ ਮੁੱਦਾ ਹੈਗਾ ਭਰੂਣ ਹੱਤਿਆ ਦਾ, ਚਾਹੇ ਉਹ ਮੁੱਦਾ ਹੈਗਾ ਗਿਰਦੇ ਪਾਣੀ ਦੇ ਟੇਬਲ ਦਾ, ਚਾਹੇ ਮੁੱਦਾ ਹੈਗਾ ਕਿਸਾਨ ਆਤਮ ਹੱਤਿਆ ਦਾ, ਚਾਹੇ ਉਹ ਮੁੱਦਾ ਹੈਗਾ ਨਸ਼ਾ, ਜਿੰਨਾ ਵੀ ਹੈ ਬਲਵੀਰ ਜੀ, ਮੈਂ ਕਹਿੰਦਾ 78% ਪਲਾਜ਼ਮ ਨੂੰ ਛੱਡੀ ਨਹੀਂ ਹੈ, ਪਰ ਜਿੰਨੇ ਵੀ ਹੈ ਉਹ ਵੀ ਸਾਡੇ ਵਾਸਤੇ ਚੈਲੰਜ ਹੈ, ਉਹ ਨਸ਼ੇ ਦਾ ਹੈਗਾ। ਇਹਨਾਂ ਸਭ ਮੁੱਦਿਆਂ ਦੇ ਉੱਪਰ ਵਿਚਾਰ ਕਰੋ। ਸਭ ਤੋਂ ਵੱਡਾ ਇਹ ਜਿਹਨੇ ਵੀਡੀਓ ਪਾਈ ਹੈ ਮੇਰੀ ਆਵਾਜ਼ ਸੁਣਦਾ ਹੋਏ, ਸਭ ਤੋਂ ਵੱਡਾ ਪੰਜਾਬ ਦੇ ਅੰਦਰ ਥ੍ਰੈਟ ਹੈਗਾ ਜਿਹੜੇ ਮਜ਼੍ਹਬੀ ਸਿੱਖ ਕ੍ਰਿਸਚਨ ਬਣਦੇ ਜਾ ਰਹੇ ਹੈ, ਉਹ 'ਤੇ ਵਿਚਾਰ ਕਰ ਲਓ। ਇਹਨਾਂ ਸਭ ਗੱਲਾਂ 'ਤੇ ਵਿਚਾਰ ਕਰੋ। ਪੰਜਾਬ ਦੇ ਅੰਦਰ ਕਿਵੇਂ ਨੌਕਰੀਆਂ ਪੈਦਾ ਹੋਣ ਵਿਚਾਰ ਕਰੋ। NRI ਵੀਰ ਪੰਜਾਬ 'ਚ ਆ ਕੇ ਇਨਵੈਸਟਮੈਂਟ ਕਰ ਸਕਦੇ ਨੇ। ਹਮੇਸ਼ਾ ਜਿਹੜੇ ਮੁੱਦੇ ਹਰ ਮੁੱਦਾ ਜਿਹੜਾ ਡਿਸਕਸ ਕਰਦੇ ਆ, ਹਰ ਰੋਜ਼ ਜਿਹੜਾ ਕੋਈ ਨਵਾਂ ਮੁੱਦਾ ਆਉਂਦਾ ਜ਼ਰੂਰ ਉਸ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਇਹ ਮੁੱਦਾ ਵੀ ਜਿਹੜਾ ਜ਼ਰੂਰ ਆਇਆ, ਕਿਉਂਕਿ ਬਿਆਨ ਵੀ ਆਇਆ, ਬਿੱਟੂ ਜੀ ਦਾ ਵੀ ਬਿਆਨ ਆਇਆ, ਸਭ ਦੀ ਗੱਲ ਆਈ ਹੈ ਆਪਣੀ, ਇਹ ਗੱਲ ਆਉਣੀ ਬੜੀ ਜ਼ਰੂਰੀ ਹੈ ਸਾਰੀਆਂ। ਜੋਗਾ ਸਿੰਘ ਚੱਪੜ ਜੀ ਕੁਛ ਕਹਿਣਾ ਚਾਹੁੰਦੇ ਜੀ? ਚੱਪੜ ਜੀ, ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਅੱਜ ਵਾਰ ਵਾਰ ਗੱਲ ਆ ਰਹੀ ਹੈ ਗਰਮ ਦਲੀਏ ਅਤੇ ਨਰਮ ਦਲੀਏ। ਦੇਖੋ, ਗਰਮ ਦਲੀਏ ਅਤੇ ਨਰਮ ਦਲੀਏ ਸ਼ਬਦ ਵੀ ਉਹ ਹੈ ਕਿ ਜਿਹੜੇ ਅੱਜ ਇਹ ਮਹਿਸੂਸ ਕਰ ਰਹੇ ਹੈ ਕਿ ਸਾਡੇ ਗੁਰੂ ਸਾਹਿਬ ਦੇ ਉੱਤੇ ਬੇਅਦਬੀ ਗੁਰੂ ਸਾਹਿਬ ਦੀ ਹੋ ਰਹੀ ਹੈ ਅਤੇ ਉਹਨਾਂ ਨੂੰ ਕੋਈ ਫੜਿਆ ਨਹੀਂ ਜਾ ਰਿਹਾ। ਖਾੜਕੂ ਵੀ ਬਣਦੇ ਨਹੀਂ, ਖਾੜਕੂ ਸਰਕਾਰਾਂ ਨੇ ਜਾਂ ਅੱਤਵਾਦ ਸਰਕਾਰਾਂ ਨੇ ਸਰਕਾਰ ਬਣਾਉਂਦੀ ਹੈ। ਹੁਣ ਆ ਪਿਛਲੇ 3-4 ਦਿਨ ਪਹਿਲਾਂ 2 ਨੌਜਵਾਨ ਫੜੇ ਗਏ, ਮੈਂ TV 'ਤੇ ਦੇਖ ਰਿਹਾ ਸੀ, ਅਤੇ ਉਹਨਾਂ 'ਚੋਂ ਇੱਕ ਨੌਜਵਾਨ ਇਹ ਸਟੇਟਮੈਂਟ ਦੇ ਰਿਹਾ ਕਿ ਜੀ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਤਾਂ ਸਾਡੇ ਮਨ 'ਚ ਆਇਆ। ਸੋ ਜਦੋਂ ਬਹਿਬਲ ਕਲਾਂ ਗੋਲੀਕਾਂਡ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ, ਜੇਕਰ ਉਦੋਂ ਹੀ ਅਕਾਲੀ ਗੌਰਮੈਂਟ ਉਹਦੇ ਦੋਸ਼ੀਆਂ ਨੂੰ ਫੜ ਲੈਂਦੀ ਤਾਂ ਸਿੱਖਾਂ ਦੇ ਮਨਾਂ ਦੇ ਜਿਹੜੇ ਜਜ਼ਬਾਤ ਸੀ ਉਹ ਨਾ ਭੜਕਦੇ। ਸੋ ਇਸ ਕਰਕੇ ਇਹ ਸਾਰੀ ਜਿਹੜੀ ਡਿਸਕਸ਼ਨ ਹੈ ਉਹ ਜਾਂਦੀ ਉੱਥੇ ਹੈ ਕਿ ਜਦੋਂ ਸਰਕਾਰ ਸਹੀ ਨਿਆਂ ਨਹੀਂ ਦਿੰਦੀ ਮੌਕੇ ਦੇ ਲੋਕ ਹੈ ਜਾਂ ਮੌਕੇ ਦੀਆਂ ਜਿਹੜੀਆਂ ਕਮਿਊਨਿਟੀਆਂ। ਸੋ ਇਸ ਕਰਕੇ ਨਾ ਖਾੜਕੂ ਬਣਦੇ ਆ, ਖਾੜਕੂ ਜਾਂ ਇਹ ਸਾਰਾ ਕੁਝ ਬਣਾਇਆ ਜਾਂਦਾ। ਸੋ ਮੇਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ, ਪੰਜਾਬ ਆਰਥਿਕਤਾ ਦੇ ਤੌਰ 'ਤੇ ਬਣਾ ਨਹੀਂ ਕੀਤਾ ਜਾ ਸਕਦਾ, ਔਰ ਕੈਨੇਡਾ ਦੀ ਜਿਹੜੀ ਟਰੂਡੋ ਸਰਕਾਰ ਹੈ ਉਹਦੀ, ਕੈਨੇਡਾ ਦੀ ਜਿਹੜੀ ਟਰੂਡੋ ਸਰਕਾਰ ਹੈ ਬਲਵਿੰਦਰ ਜੀ, ਇੱਕੋ ਦੀ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਕਾਮਾਂ ਗਾਟਾਂ ਮਾਰੂ ਸਰਕਾਰ ਜਿਹੜਾ ਹੋਇਆ ਸੀ ਉਹ ਬਾਬਾ ਗੁਰਦਿੱਤ ਸਿੰਘ ਵਾਲਾ, ਉਹਨਾਂ ਨੇ ਹੁਣ ਜਾ ਕੇ ਉਹਦੀ ਮਾਫ਼ੀ ਮੰਗੀ ਹੈ ਕਿ ਇਸ ਧਰਤੀ ਦੇ ਉੱਤੇ ਗਲਤ ਹੋਇਆ ਸੀ। ਉਹ ਸਰਕਾਰ ਵੀ ਬੜੀ ਚੰਗੀ ਹੈ, ਆਪਾਂ ਸਾਰਿਆਂ ਨੂੰ ਉਹਦੇ ਲਈ ਇਹ ਵੀ ਕਹਿਣਾ ਚਾਹੀਦਾ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਆਪਾਂ ਸਾਰਿਆਂ ਨੂੰ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ। ਮੈਂ ਬਲਵਿੰਦਰ ਜੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਅੱਤਵਾਦ ਸੀ, ਅੱਤਵਾਦ ਵੀ ਜੇ ਦੇਣ ਦੇਖੀਏ ਤਾਂ ਉਹ ਕਾਂਗਰਸ ਦੀ ਦੇਣ ਸੀ। ਮੈਂ ਕਿਸੇ ਦਾ ਨਾਂ ਜੇ ਆਪਾਂ ਲੈਣ ਲੱਗੀਏ ਤਾਂ ਬਹੁਤ ਸਭ ਨੂੰ ਪਤਾ ਕਿੱਥੋਂ ਅੱਤਵਾਦ ਪੈਦਾ ਹੋਇਆ ਤਾਂ ਕਿਵੇਂ ਪੈਦਾ ਹੋਇਆ। ਪਰੰਤੂ ਅਗਲੀ ਗੱਲ ਜਿਹੜੀ ਸਰਦਾਰ ਜੋਗਾ ਸਿੰਘ ਨੇ ਕਹੀ ਹੈ, ਮੈਂ ਉਹ 'ਤੇ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਕੱਲਾ ਬਰਗਾੜੀ ਨੂੰ ਛੱਡ ਕੇ, ਬਹਿਬਲ ਕਲਾਂ ਨੂੰ ਛੱਡ ਕੇ, ਜਿੰਨੇ ਸਰਕਾਰ ਦੇ ਟਾਈਮ 'ਚ ਇਲਜ਼ਾਮਬਾਜ਼ੀਆਂ, ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਇਸ ਤਰ੍ਹਾਂ ਦੀ ਆਉਣ ਇੱਕ ਦੂਜੇ ਦੇ ਉੱਪਰ ਲਾਏ ਜਾਣ। ਸਾਰੇ ਬੰਦੇ ਅਰੈਸਟ ਹੋਏ, ਮੈਂ ਜ਼ਰੂਰ ਇਸ 'ਤੇ ਮਿੰਟਾ ਜੀ ਲਾਸਟ ਕਮੈਂਟ ਤੁਹਾਡਾ ਚਾਹੂੰਗਾ। ਮਿੰਟਾ ਜੀ ਲਾਸਟ ਕਮੈਂਟ
ਇਹ ਵੀ ਇਤਿਹਾਸਕ ਗੱਲ ਹੈ ਕਿ UNO ਦੇ ਪ੍ਰੈਜ਼ੀਡੈਂਟ ਬੁਤਰਸ ਖਾਲੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਖਾਲਿਸਤਾਨ ਦੇ ਹੱਕ ਵਿੱਚ ਚਿੱਠੀ ਲਿਖੀ। ਇਹ ਵੀ ਤਾਂ ਗੱਲ ਤੁਸੀਂ ਦਾ ਐਲਾਨਨਾਮੇ ਤੇ ਕੀਤੀ ਹੈ ਸਾਈਨ ਕੀਤੇ। ਮੈਂ ਤੁਹਾਡਾ ਲਾਸਟ ਕਮੈਂਟ ਚਾਹੁੰਦਾ ਸੀ ਇਸ ਮੁੱਦੇ ਤੇ। ਚਲੋ ਮੇਰੇ ਕੋਲ ਵਕਤ ਖਤਮ ਹੋ ਰਿਹਾ ਹੈ, ਮੈਂ ਧੰਨਵਾਦ ਕਰੂੰਗਾ ਤੁਹਾਡਾ ਸਾਰਿਆਂ ਦਾ, ਮਿੱਡਾ ਜੀ, ਗੋਲਡੀ ਜੀ, ਜੋਸ਼ੀ ਜੀ, ਬਲਵੀਰ ਸਿੰਘ ਜੀ ਤੇ ਜੋਗਾ ਸਿੰਘ ਚੱਪੜ ਜੀ, ਬਹੁਤ ਬਹੁਤ ਧੰਨਵਾਦ ਆਪਣੀ ਆਪਣੀ ਗੱਲ ਕਹਿਣ ਲਈ। ਮੈਂ ਦਰਸ਼ਕਾਂ ਨੂੰ ਜਿਹੜਾ ਸਵਾਲ ਪੁੱਛਿਆ ਸੀ ਉਹ ਇੱਕ ਵਾਰ ਦੁਹਰਾ ਦੇਣਾ ਚਾਹੁੰਦਾ, ਤੁਹਾਡਾ ਜਿਹੜਾ ਜਵਾਬ ਆਇਆ ਉਹ ਜ਼ਰੂਰ ਦੱਸਣਾ ਚਾਹੁੰਦਾ। ਤੁਹਾਡਾ ਜਿਹੜਾ ਅਸੀਂ ਸਵਾਲ ਪੁੱਛਿਆ ਸੀ ਕਿ ਖਾਲਿਸਤਾਨੀ ਸਮਰਥਕਾਂ ਦੀ ਧਮਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖਿਲਾਫ ਸਾਜ਼ਿਸ਼ ਹੈ, ਤੁਹਾਡੇ SMS ਸਾਡੇ ਕੋਲ ਪਹੁੰਚੇ ਨੇ ਜਿਹੜੇ, ਉਸਦੇ ਵਿੱਚ ਜਿਹੜੀ ਤੁਹਾਡੀ ਰਾਏ ਆਈ ਹੈ 59% ਲੋਕਾਂ ਨੇ ਆਪਣੀ ਰਾਏ ਹਾਂ 'ਚ ਭੇਜੀ ਹੈ, 41% ਲੋਕਾਂ ਦੀ ਰਾਏ ਨਾ ਵਿੱਚ ਆਈ ਹੈ। ਬਹੁਤ ਬਹੁਤ ਧੰਨਵਾਦ।